ਹਾਂਜੀ ਸਤਿ ਸ਼੍ਰੀ ਅਕਾਲ ਗਾਇਜ਼, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਣਗੇ। ਅੱਜ ਤੋਂ ਆਪਾਂ ਸਟਾਰਟ ਕਰਾਂਗੇ ਇੱਕ ਨਵੀਂ ਟ੍ਰਿਪ ਜੋ ਹੋਣ ਜਾ ਰਹੀ ਆ ਪੈਰਿਸ ਦੀ। ਆਪਾਂ ਇਹ 'ਚ ਦਿਖਾਵਾਂਗੇ ਪੈਰਿਸ ਦੀ ਕਿਹੜੀ ਕਿਹੜੀ ਲੋਕੇਸ਼ਨ 'ਤੇ ਆਪਾਂ ਵਿਜ਼ਿਟ ਕੀਤਾ ਔਰ ਉਹਦੇ ਤੁਹਾਨੂੰ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ। ਬੇਸਿਕਲੀ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਸਾਡੇ ਜੋ ਹਾਈਲਾਈਟਸ ਹੈਗੇ ਪੂਰੀ ਟ੍ਰਿਪ 'ਤੇ ਔਰ ਜੋ ਡਿਟੇਲ ਵੀਡੀਓਜ਼ ਹੋਣਗੀਆਂ ਉਹ ਮੈਂ ਪੋਸਟ ਕਰਾਂਗਾ ਇਸ ਵੀਡੀਓ ਤੋਂ ਬਾਅਦ। ਮੋਸਟਲੀ ਨੈਕਸਟ ਵੀਕ 'ਚ ਤੁਹਾਨੂੰ ਉਹ ਵੀਡੀਓ ਵੀ ਮਿਲਣ ਦੇਖਣ ਨੂੰ ਮਿਲ ਜਾਏਗੀ। ਬੇਸਿਕਲੀ ਗਾਇਸ ਇਹ ਟ੍ਰਿਪ ਹੋਣ ਜਾ ਰਹੀ ਹੈ ਸਾਡੀ ਸਿਰਫ 2 ਦਿਨ ਦੀ ਟ੍ਰਿਪ ਔਰ ਆਪਾਂ ਇਹ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਕਿ ਤੁਸੀਂ 2 ਦਿਨ ਨੂੰ ਕਿੱਦਾਂ ਟੋਟਲੀ ਕੈਪੀਟਲਾਈਜ਼ ਕਰ ਸਕਦੇ ਹੋ ਔਰ ਕਿਹੜੀਆਂ ਕਿਹੜੀਆਂ ਲੋਕੇਸ਼ਨ ਹੈ ਜੋ ਮਸਟ ਵਿਜ਼ਿਟ ਹੈ। ਤੋ ਗਾਇਸ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਲਾਸਟ ਵੀਕ ਸੀਗਾ ਮਿਲਾਨ 'ਚ ਅਤੇ ਸਾਡਾ ਕੋਈ ਵੀ ਪਲੈਨ ਨਹੀਂ ਸੀਗਾ ਪੈਰਿਸ ਆਉਣ ਦਾ। ਬੇਸਿਕਲੀ ਅਸੀਂ ਮਿਲਾਨ ਨੂੰ 3 ਦਿਨਾਂ ਲਈ ਐਕਸਪਲੋਰ ਕਰਨਾ ਚਾਹੁੰਦੇ ਸੀਗੇ ਪਰ ਸਾਨੂੰ ਮਿਲਾਨ 'ਚ ਕੁਛ ਇੰਨਾ ਐਕਸਾਈਟਿੰਗ ਕਰਨ ਨੂੰ ਨਹੀਂ ਮਿਲਿਆ ਤਾਂ ਅਸੀਂ ਪਲੈਨ ਕੀਤਾ ਪੈਰਿਸ ਮੂਵ ਕਰਨ ਲਈ। ਅਸੀਂ ਪਿਊਲਿੰਗ ਏਅਰਲਾਈਨ ਚੈੱਕ ਕੀਤੀ ਜੋ ਕਿ ਸੀਗੀ ਬਹੁਤ ਹੀ ਚੀਪ। ਸਾਨੂੰ 2 ਪਰਸਨ ਦੀ ਫਲਾਈਟ ਪਈ 95 ਯੂਰੋਜ਼ ਦੇ ਅਪਰੋਕਸੀਮੇਟਲੀ ਅਤੇ ਆਪਾਂ ਇੱਦਾਂ ਆ ਗਏ ਪੈਰਿਸ। ਅਗਰ ਤੁਸੀਂ ਵਿੰਟਰ ਲਵਰ ਹੋ, ਤੁਸੀਂ ਸਨੋਅ ਦੇ ਸ਼ੌਕੀਨ ਹੋ ਔਰ ਤੁਹਾਨੂੰ ਕੋਲਡ ਵੈਦਰ ਪਸੰਦ ਹੈ ਤਾਂ ਤੁਹਾਡੇ ਲਈ ਜਨਵਰੀ ਔਰ ਫੈਬਰੀ ਬਹੁਤ ਹੀ ਵਧੀਆ ਵੈਦਰ ਦੇ ਅਕੋਰਡਿੰਗ ਟਾਈਮ ਹੈ ਪੈਰਿਸ ਨੂੰ ਐਕਸਪਲੋਰ ਕਰਨ ਦਾ। ਅਗਰ ਵਿੰਟਰ 'ਚ ਗੱਲ ਕੀਤੀ ਜਾਵੇ ਫਲਾਈਟਸ ਦੀ ਤਾਂ ਪੈਰਿਸ ਲਈ ਜੋ ਫਲਾਈਟਸ ਹੈ ਬਹੁਤ ਹੀ ਲਿਮਿਟਡ ਫਲਾਈਟਸ ਚੱਲਦੀਆਂ ਆ, ਪਰ ਫਲਾਈਟਸ ਦੀ ਜੋ ਕੋਸਟ ਹੈ ਬਹੁਤ ਹੀ ਰੀਜਨੇਬਲ ਹੁੰਦੀ ਹੈ। ਅਤੇ ਇਸ ਕਰਕੇ ਮੈਂ ਤੁਹਾਨੂੰ ਹਮੇਸ਼ਾ ਰਿਕਮੈਂਡ ਕਰਾਂਗਾ ਕਿ ਤੁਸੀਂ ਵਿੰਟਰ ਵਿੱਚ ਹੀ ਟਰੈਵਲ ਕਰੋ ਵਿਦ ਇਨ ਯੂਰਪ, ਕਿਉਂਕਿ ਫਲਾਈਟਸ ਦੇ ਰੇਟਸ ਬਹੁਤ ਹੀ ਡਾਊਨ ਹੁੰਦੇ ਆ। ਇਹ ਜੋ ਤੁਸੀਂ ਛੋਟਾ ਬੁਰਜ ਖਲੀਫਾ ਦੇਖ ਰਹੇ ਹੋ ਇਹ ਹੈਗਾ ਮਿਲਾਨ ਵਿੱਚ। ਅਗਰ ਤੁਸੀਂ ਪੈਰਿਸ ਫੈਬ ਵਿੱਚ ਵਿਜ਼ਿਟ ਕਰ ਰਹੇ ਹੋ ਤਾਂ ਮਸਤ ਹੈ ਕਿ ਤੁਸੀਂ ਆਪਣੇ ਨਾਲ ਇੱਕ ਲੈਦਰ ਜੈਕਟ ਜਾਂ ਫਿਰ ਥੋੜ੍ਹੀ ਫਲੱਫੀ ਜੈਕਟ ਜ਼ਰੂਰ ਲੈ ਕੇ ਜਾਓ, ਕਿਉਂਕਿ ਵੈਦਰ ਬਹੁਤ ਹੀ ਕੋਲਡ ਹੈ। ਅਗਰ ਤੁਸੀਂ ਬੈਕਪੈਕਰ ਹੋ ਜਾਂ ਫਿਰ ਤੁਸੀਂ ਫੁੱਲ ਡੇ ਬਲੌਗਰ ਹੋ ਔਰ ਜਾਂ ਫਿਰ ਤੁਸੀਂ ਫੁੱਲ ਡੇ ਐਕਸਪਲੋਰ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਾਲ ਇੱਕ ਹੈਵੀ ਜੈਕਟ ਜ਼ਰੂਰ ਕੈਰੀ ਕਰੋ। ਅਗਰ ਤੁਸੀਂ ਹੋਟਲ ਦੀ ਗੱਲ ਕਰਦੇ ਹੋ, ਹੋਟਲ ਨੂੰ ਹਮੇਸ਼ਾ ਇੱਕ ਇੱਦਾਂ ਦੀ ਜਗ੍ਹਾ 'ਤੇ ਸਰਚ ਕਰਨ ਦੀ ਕੋਸ਼ਿਸ਼ ਕਰੋ ਜਿੱਥੋਂ ਸਾਰੀਆਂ ਹੀ ਟੂਰਿਸਟਿਕ ਪਲੇਸਿਸ ਬਹੁਤ ਹੀ ਅਫੋਰਡੇਬਲ ਹੋਵੇ, ਐਕਸੈਸੇਬਲ ਹੋਵੇ। ਜੋ ਅਸੀਂ ਹੋਟਲ ਲਿਆ ਸੀਗਾ, ਅਸੀਂ ਲਿਖਿਆ ਮੌਤ ਮਾਰਤ ਔਰ ਜੋ ਕਿ ਸੀਗਾ ਸੈਕਰੇਕੋਰ ਚਰਚ ਤੋਂ ਬਿਲਕੁਲ 15 ਮਿੰਟ ਦੀ ਡਿਸਟੈਂਸ 'ਤੇ। ਆਈ ਥਿੰਕ ਆਈਫਲ ਟਾਵਰ ਥੋੜ੍ਹਾ ਡਿਸਟੈਂਸ 'ਤੇ ਸੀਗਾ, ਅਪਰੋਕਸੀਮੇਟਲੀ ਸਾਨੂੰ 1 ਘੰਟਾ ਲੱਗਦਾ ਸੀਗਾ ਬਾਈ ਟ੍ਰੇਨ। ਬਟ ਟ੍ਰੇਨ ਔਰ ਜੋ ਇਹਨੂੰ ਜੋ ਪੈਰਿਸ ਦਾ ਟਰਾਂਸਪੋਰਟ ਹੈ ਬਹੁਤ ਹੀ ਰਿਲਾਇਬਲ ਹੈ। ਤੁਸੀਂ ਕਿਤੇ ਵੀ ਹੋ, ਚਾਹੇ ਜ਼ੋਨ 5 ਜੋ ਜ਼ੋਨ 1 ਚ ਆਉਣ ਲਈ ਤੁਹਾਨੂੰ ਕੋਈ ਇੰਨੀ ਜ਼ਿਆਦਾ ਪ੍ਰੋਬਲਮ ਔਰ ਜਾਂ ਫਿਰ ਕੋਈ ਐਡੀ ਹੈਸਲ ਨਹੀਂ ਹੋਏਗੀ। ਤੁਸੀਂ ਜੋ ਹਰ ਕੰਟਰੀ ਦਾ ਇੱਕ ਲੈਂਡਮਾਰਕ ਹੁੰਦਾ ਆ, ਚਾਹੇ ਜਿੱਦਾਂ ਦੁਬਈ ਦਾ ਬੁਰਜ ਖਲੀਫਾ ਆ, ਪੈਰਿਸ ਦਾ ਆਈਫਲ ਟਾਵਰ ਆ, ਮਿਲਾਨ ਦੀ ਦੋਵਾਂ ਚਰਚ ਆ, ਇਹ ਸਾਰੀ ਲੋਕੇਸ਼ਨ ਨੂੰ ਤੁਸੀਂ ਐਕਸਪਲੋਰ ਕਿੱਦਾਂ ਕਰ ਸਕਦੇ ਹੋ। ਬੇਸਿਕਲੀ ਤੁਸੀਂ ਡਿਸਾਈਡ ਕਰੋ ਦਿਨ ਦਾ ਈਵਨਿੰਗ ਪਾਰਟ ਔਰ ਈਵਨਿੰਗ ਪਾਰਟ 'ਚ ਜਿੱਥੇ ਜਾਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਉਹ ਲੋਕੇਸ਼ਨ ਨੂੰ ਦਿਨ ਔਰ ਨਾਈਟ ਦੋਨਾਂ ਵਿੱਚ ਐਕਸਪਲੋਰ ਕਰ ਸਕੋ ਅਤੇ ਦੋਨਾਂ ਦੀ ਬਿਊਟੀ ਦੇਖ ਸਕੋ। ਇੱਦਾਂ ਅਸੀਂ ਮਿਲਾਨ ਤੋਂ ਫਲਾਈਟ ਲਈ ਔਰ ਇਹ ਸੀਗਾ ਸਾਡਾ ਨਾਈਟ ਵਿਊ ਪੈਰਿਸ ਦਾ ਜੋ ਕਿ ਸਾਨੂੰ ਫਲਾਈਟ 'ਚ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਅਸੀਂ ਡਿਨਰ ਕੀਤਾ ਲਾ ਗ੍ਰੈਂਡ ਐਂਜਲ 'ਚ। ਇਹ ਹੈਗਾ ਆ ਆਫਟਰਨੂਨ ਵਿਊ ਆਈਫਲ ਟਾਵਰ ਦਾ, ਇਹ ਹੈਗਾ ਅਲੈਗਜ਼ੈਂਡਰ ਬ੍ਰਿਜ ਔਰ ਤੁਸੀਂ ਫੋਟੋ ਕਲਿਕਸ ਕਰ ਸਕਦੇ ਹੋ। ਇਹ ਹੈਗਾ ਆ ਅਕੁਆਰੀਅਮ ਲਿਊਬਚੋਨ ਹੋਟਲ ਜੋ ਰੀਸੈਂਟਲੀ, ਇਸਦਾ ਰੇਟ ਹੈਗਾ 1 ਦਿਨ ਦਾ 10,000 ਯੂਰੋਜ਼। ਈਵਨਿੰਗ ਦਾ ਵਿਊ ਆਈਫਲ ਟਾਵਰ ਦਾ ਔਰ ਤੁਸੀਂ ਦੇਖਦੇ ਹੋ ਫੋਗ